क्या नाम है माता जी आपका? कांता देवी। किन्ने समय तो डेरा सच्चा सौदा नाल जुड़े हो? 42 साल। जी 42 साल च किवें दा माहौल लगदा डेरा सच्चा सौदा? वधिया, बहुत वधिया। बेटियां दी सुरक्षा किवें माता जी इत्थे? बहुत ज्यादा जी, वीर अड भैन अड पूरी राखी है, पूरा समाज काम करते हैं। गुरु जी ने समाज दे लिए देश दे लिए किस तरह के काम किए ने? गरीबों के घर पाए, गरीबों दी कुड़ियां गईयां, सासा नूं समझाउंदियां कि भाई जिहड़ा बेसहारा उन्हां सहारा बनो, उन्हां नूं काम मदद करो, कुड़ी ब्याहो, घर पाओ, गरीब नूं महीने राशन दिओ, कपड़े दिओ, जो भी सरदा दिओ आपदे बराबर नूं, कोई भुक्खा ना पवे। जिहड़ा जिहड़ा सच्चे सौदे आउंदा हर एक नूं रज के पाना चाहीदा ते दिंदा वी सतगुरु रजमा ही खांदे दिंदे आ। ਹੋਰ ਗੁਰੂ ਜੀ ਨੇ ਸਮਾਜ ਦੇ ਲਈ ਦੇਸ਼ ਦੇ ਲਈ ਕੀ ਕੰਮ ਕੀਤੇ ਨੇ? ਬਹੁਤ ਕੀਤੇ ਜੀ, ਲੋਕਾਂ ਨੇ ਨਸ਼ੇ ਹਟਾਤੇ, ਇਹ ਸ਼ਰਾਬ ਪੀ ਕੇ ਆਟੇ ਨੂੰ ਔਰਤਾਂ ਨੂੰ ਕੁੱਟਦੇ ਸੀ, ਉਹਨਾਂ ਨੇ ਘਰ ਸਵਰਗ ਬਣ ਗਏ ਨਸ਼ਿਆਂ 'ਚ, ਨਸ਼ੇ ਛਿੜਾਤੇ। ਬਈ ਤੂੰ ਉਹ ਚੰਗੇ ਕੰਮ ਕਰਿਆ ਜੋ ਨਸ਼ੇ ਛਿੜਾਤੇ ਲੋਕਾਂ ਦੇ, ਅਤੇ ਲੋਕਾਂ ਦੀਆਂ ਕੁੜੀਆਂ ਵਿਆਹ 'ਚ ਗਰੀਬੀਆਂ, ਗਰੀਬਾਂ ਦਾ ਘਰ ਪਾ ਦਿੰਦੇ, ਇੱਕ ਦਿਨ ਮਿਲਦੀ 12 ਘੰਟੇ 'ਚ ਘਰ ਪਾਏ, ਖੜਾ ਕਰ ਦਿੰਦੇ ਆ ਬਹਿ ਜਾ ਭਾਈ। ਲੇਕਿਨ ਮਾਤਾ ਜੀ ਬੇਟੀਆਂ ਬਾਰੇ ਕੁਛ ਅਲੱਗ ਦਿਖਾਇਆ ਗਿਆ ਸੀ, ਬੇਟੀਆਂ ਦੀ ਸੁਰੱਖਿਆ ਕਿਵੇਂ ਹੈ ਇੱਥੇ? ਸਭ ਗਲਤ ਆ ਜੀ, ਝੂਠ ਹੈ, ਬਿਲਕੁਲ ਝੂਠ ਹੈ, 100% ਝੂਠ ਹੈ। ਜਿੰਨੇ ਵੀ ਆਰੋਪ ਗੁਰੂ ਜੀ 'ਤੇ ਲਗਾਏ ਗਏ ਉਹਨਾਂ ਇੱਕ ਵੀ ਨਹੀਂ, ਉਹ ਸਤਿਗੁਰ ਆਪ ਹੀ ਦੱਸੂਗਾ ਕਿ ਜਿਨ੍ਹਾਂ ਨੇ ਲਾਏ ਨਾ ਲੋਕ, ਉਹਨੂੰ ਪਤਾ ਲੱਗੂ ਵੀ ਕਿਹੜੇ ਰੋਗ ਲੱਗਣਗੇ ਉਹਨਾਂ ਨੂੰ, ਇਹਨਾਂ ਨੇ ਕਿਵੇਂ ਨੇ ਗਲਤ ਝੂਠ ਦਿੱਤੇ, ਪਤਾ ਵੀ ਲਾਇਆ ਝੂਠੇ ਲਾਵਣ 'ਤੇ ਲਾਇਆ, ਉਹਨਾਂ ਨੂੰ ਭਰਨਾ ਪਊ ਇੱਥੇ, ਤੁਸੀਂ ਦੇਖੋਗੇ ਵੀ ਹਾਂ ਭਰਦੇ ਵੀ ਗਲਤ, ਕਿਸੇ ਨੂੰ ਸੰਤ ਮਹਾਤਮਾ ਨੂੰ ਗਲਤ ਵਚਨ ਬੋਲਣਾ ਕਿੱਡਾ ਵੱਡਾ ਦੋਸ਼ ਹੈ। ਕੀ ਅੱਜ ਸਮਾਜ ਨੂੰ ਗੁਰੂ ਜੀ ਦੀ ਜ਼ਰੂਰਤ ਹੈ? ਬਹੁਤ ਜ਼ਰੂਰਤ ਹੈ, ਸਾਡੇ ਵਰਗੇ ਮਰੋਨੀ ਹੈ ਵੀ ਸਾਡੇ ਆਉਂਦੇ ਹੁੰਦੇ ਪਿਤਾ ਜੀ ਆ ਜਾਣ, ਛੇਤੀ ਆ ਜਾਣ ਵੀ ਅੱਜ ਵੀ ਆਉਣ, ਅੱਜ ਵੀ ਆਉਣ, ਆ ਝਾਕਦੇ ਹਾਂ। ਮੈਂ 70 ਸਾਲ 'ਚ ਬੁੜੀ, ਮੈਂ ਆ ਨਹੀਂ ਸਕਦੀ ਤੁਰ ਕੇ, ਪਰ ਮੈਂ ਰਹਿ ਨਹੀਂ ਸਕਦੀ ਡੇਰੇ ਬਿਨਾਂ। ਮੈਂ ਕਹਿੰਦੀ ਉੱਥੇ ਮੈਨੂੰ ਸਤਿਗੁਰ ਮਿਲਣਗੇ, ਦਰਸ਼ਨ ਕਰੂੰਗੀ, ਅਸੀਂ ਉੱਥੇ ਟਾਈਮ ਪਾਸ ਕਰਦੇ ਦਰਸ਼ਨ ਕਰਕੇ। ਸਰਕਾਰ ਤੋਂ ਕੀ ਮੰਗ ਕਰੋਗੇ ਮਾਤਾ ਜੀ? ਮੰਗ ਕਰਦੇ ਹਾਂ ਸਾਡੇ ਸਤਿਗੁਰ ਨੂੰ ਛੇਤੀ ਤੋਂ ਛੇਤੀ ਭੇਜ ਦਿਓ, ਸਾਡੇ ਬੁੜਿਆਂ ਖਾਤੇ ਭੇਜ ਦਿਓ, ਜੇ ਅਸੀਂ ਮਰ ਗਏ ਪਿਤਾ ਹੋਣ ਨਾ ਹੋਣ, ਸਾਡੇ ਜਿਉਂ ਜਿਉਂ ਦਰਸ਼ਨ ਹੋ ਜਾਣ, ਸਾਡੇ ਦਰਸ਼ਨ ਕਰਕੇ ਰੋਗ ਟੁੱਟਦੇ ਆ, ਸਾਨੂੰ ਬਹੁਤ ਰੋਗ ਸੀ, ਮੈਨੂੰ ਸਭ ਟੁੱਟੇ ਮਾਰ ਕੇ ਦਰਸ਼ਨ ਕਰਕੇ। ਦਰਸ਼ਨ ਦੇਖੋ ਜੀ ਗੁਰੂ ਤੇਰਾ, ਇਹ ਪੂਰਾ ਕਰਮ ਹੋਵੇ ਮੇਰਾ, ਸਾਡੇ ਕਰਮ ਤਾਂ ਕੱਢਦਾ ਗੌਰਮੈਂਟ ਨੇ ਦੇਣ ਦਾ, ਹੈ ਨਾ, ਬਜ਼ੁਰਗਾਂ ਵਾਸਤੇ ਇੱਕ ਸਤਿਗੁਰ ਦਾ ਘਰ ਸੀਗਾ, ਅਤੇ ਫਿਰ ਹੁਣ ਅਸੀਂ ਕਹਿੰਦੇ ਛੇਤੀ ਛੇਤੀ ਪਿਤਾ ਜੀ ਆ ਜਾਓ। ਬਹੁਤ ਬਹੁਤ ਧੰਨਵਾਦ। ਲਗਾਤਾਰ ਲੋਕ ਹੈ ਜਿਹੜੇ ਮੰਗ ਕਰ ਰਹੇ ਹੈ ਸਮਾਜ ਦੇ ਅੰਦਰ, ਸਨ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਸਾਹਿਬ ਦੀ। ਤੁਹਾਡੀ ਕਿਰਾਇਆ ਜ਼ਰੂਰ ਪਾ ਕਮੈਂਟ ਬਾਕਸ, ਦੇਖਦੇ ਰਹੋ ਦ ਫੈਕਟ ਆਈ ਔਰ ਸੱਚ ਦਾ ਸਾਥ ਦੇਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ।